ਸਾਡੀ ਸਰਕਾਰ ਦੇ ਕੋਲ ਇਨਫਰਾਸਟ੍ਰਕਚਰ ਹੈ ਨਹੀਂ, ਇੰਨੀਆਂ ਜ਼ਿਆਦਾ ਪੋਸਟਾਂ ਵੀ ਹੈ ਨਹੀਂ ਕਿ ਪਿੰਡ ਪੱਧਰ ਤੱਕ ਗਲੀ ਗਲੀ ਤੱਕ ਜਾ ਕੇ ਲੋਕਾਂ ਨੂੰ ਜਾਗਰੂਕ ਕਰ ਸਕੇ। ਭਾਵੇਂ ਕਿ ਸਮਾਜ ਦਾ ਇੱਕ ਵਰਗ ਇਹ ਕਹਿ ਕੇ ਆਪਣਾ ਪੱਖ ਪੇਸ਼ ਕਰਦਾ ਕਿ ਇਹ ਡਿਗਰੀ ਹੋਲਡਰ ਡਾਕਟਰ ਨਹੀਂ ਹੈਗੇ ਆਰ ਐਮ ਪੀ ਜਿਹੜੇ, ਕਈ ਵਾਰ ਦੋਸਤੋ ਜਿਸ ਦਿਨ ਦਾ ਵੀ ਪੰਜਾਬ ਦੇ ਵਿੱਚ ਕਰਫਿਊ ਲੱਗਿਆ ਜਾਂ ਨੈਸ਼ਨਲ ਲੈਵਲ 'ਤੇ ਕਰੋਨਾ ਨੂੰ ਲੈ ਕੇ ਜਿਹੜਾ ਲੋਕਡਾਊਨ ਦਾ ਐਲਾਨ ਹੋਇਆ, ਪੰਜਾਬ ਦੇ ਪਿੰਡਾਂ ਦੇ ਆਮ ਲੋਕ ਆਪਣੀਆਂ ਸਿਹਤ ਸਹੂਲਤਾਂ ਤੋਂ ਬਿਲਕੁਲ ਵਾਂਝੇ ਹੋ ਗਏ, ਕਿਉਂਕਿ ਪਿੰਡਾਂ ਦੇ ਵਿੱਚ ਲੋਕ ਸਭ ਤੋਂ ਜ਼ਿਆਦਾ ਜੇ ਡਿਪੈਂਡੈਂਟ ਨੇ ਆਪਣਾ ਛੋਟੇ ਪੱਧਰ ਦਾ ਇਲਾਜ ਕਰਵਾਉਣ ਦੇ ਲਈ, ਤਾਂ ਉਹ ਮੈਡੀਕਲ ਪ੍ਰੈਕਟੀਸ਼ਨਰ ਜਿਹੜੇ ਨੇ, ਜਿਹਨਾਂ ਨੂੰ ਆਰ ਐਮ ਪੀ ਵੀ ਕਹਿ ਦਿੰਦੇ ਨੇ, ਮੈਡੀਕਲ ਪ੍ਰੈਕਟੀਸ਼ਨਰ ਵੀ ਕਹਿ ਦਿੰਦੇ ਨੇ, ਉਹਨਾਂ ਦੇ ਉੱਪਰ ਡਿਪੈਂਡੈਂਟ ਨੇ। ਇਹੀ ਕਾਰਨ ਹੈ ਕਿ ਪੰਜਾਬ ਦੇ ਵੱਖ ਵੱਖ ਪਿੰਡਾਂ ਦੇ ਵਿੱਚ 1 ਲੱਖ ਦੇ ਕਰੀਬ ਜਿਹੜੇ ਮੈਡੀਕਲ ਪ੍ਰੈਕਟੀਸ਼ਨਰ ਹੈ ਉਹ ਕੰਮ ਕਰ ਰਹੇ ਨੇ। ਭਾਵੇਂ ਕਿ ਸਮਾਜ ਦਾ ਇੱਕ ਵਰਗ ਇਹ ਕਹਿ ਕੇ ਆਪਣਾ ਪੱਖ ਪੇਸ਼ ਕਰਦਾ ਕਿ ਇਹ ਡਿਗਰੀ ਹੋਲਡਰ ਡਾਕਟਰ ਨਹੀਂ ਹੈਗੇ ਆਰ ਐਮ ਪੀ ਜਿਹੜੇ, ਕਈ ਵਾਰ ਇਹਨਾਂ ਨੂੰ ਹੋਰ ਕਈ ਤਰ੍ਹਾਂ ਦਾ ਜਿਹੜਾ ਨਾਮ ਹੈ ਉਹ ਦਿੱਤੇ ਜਾਂਦੇ ਹੈ, ਪਰ ਇਹ ਵੀ ਅਸਲੀਅਤ ਹੈ ਕਿ ਪੰਜਾਬ ਦੇ ਜਿਹੜੇ ਲੋਕ ਹੈ ਉਹ ਸਾਡੇ ਸਿਸਟਮ ਕਰਕੇ ਇਹਨਾਂ ਮੈਡੀਕਲ ਪ੍ਰੈਕਟੀਸ਼ਨਰਾਂ ਦੇ ਉੱਪਰ ਹੀ ਡਿਪੈਂਡੈਂਟ ਨੇ। ਭਾਵੇਂ ਇਹਨਾਂ ਦੀ ਡਿਗਰੀ ਹੈ ਭਾਵੇਂ ਨਹੀਂ ਹੈ, ਪਰ ਇਹ ਜਿੱਥੋਂ ਵੀ ਇਹਨਾਂ ਨੇ ਆਪਣਾ ਜਿਹੜੀ ਮੈਡੀਕਲ ਪ੍ਰੈਕਟੀਸ਼ਨ ਦਾ ਕੰਮ ਸਿੱਖਿਆ, ਸਾਡੇ ਲੋਕ ਇਹਨਾਂ ਦੇ ਉੱਪਰ ਹੀ ਡਿਪੈਂਡੈਂਟ ਨੇ ਹੁਣ ਤੱਕ, ਔਰ ਲੋਕਾਂ ਦਾ ਇਹਨਾਂ ਦੇ ਉੱਪਰ ਡਿਪੈਂਡੈਂਟ ਹੋਣਾ ਇਹ ਸਰਕਾਰ ਦੀਆਂ ਨੀਤੀਆਂ ਦੇ ਕਾਰਨ ਹੀ ਹੈ, ਸਰਕਾਰ ਦੀਆਂ ਪੋਲਿਸੀਜ਼ ਦੇ ਕਾਰਨ ਹੀ ਹੈ। ਔਰ ਅੱਜ ਕਰਫਿਊ ਦੇ ਸਮੇਂ ਵਿੱਚ ਸਰਕਾਰ ਲੋਕਾਂ ਨੂੰ ਇਲਾਜ ਤੋਂ ਵਾਂਝਾ ਜਿਹੜਾ ਨਹੀਂ ਰੱਖ ਸਕਦੀ, ਜਿਸ ਕਰਕੇ ਲੋੜ ਹੈ ਬਈ ਇਹਨਾਂ ਨੂੰ ਵੀ ਜਿਹੜਾ ਲੋਕਾਂ ਦਾ ਇਲਾਜ ਕਰਨ ਦੀ ਜਿਹੜੀ ਖੁੱਲ੍ਹ ਹੈ ਉਹ ਦਿੱਤੀ ਜਾਵੇ, ਚਾਹੇ ਕਿ ਉਹ ਇਹਨਾਂ ਦੇ ਜਿਹੜੇ ਕਲੀਨਿਕ ਨੇ ਪਿੰਡਾਂ ਦੇ ਵਿੱਚ ਬਣੇ ਹੋਏ ਉਹ ਖੁੱਲ੍ਹਵਾ ਕੇ ਦਿੱਤੀ ਜਾਵੇ, ਚਾਹੇ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਦਿੱਤੀ ਜਾਵੇ। ਪਰ ਲੋਕਾਂ ਦਾ ਜਿਹੜੇ ਲੋਕ ਇਹਨਾਂ ਤੋਂ ਇਲਾਜ ਕਰਵਾਉਂਦੇ ਨੇ ਹੁਣ ਤੱਕ ਸਰਕਾਰ ਦੀਆਂ ਨੀਤੀਆਂ ਕਰਕੇ, ਸਰਕਾਰ ਦੀਆਂ ਪੋਲਿਸੀਜ਼ ਕਰਕੇ, ਉਹ ਜਿਹੜਾ ਲੋਕਾਂ ਦਾ ਇਲਾਜ ਹੋਣਾ ਚਾਹੀਦਾ। ਜੇ ਦੂਜੇ ਪਾਸੇ ਸਰਕਾਰ ਦਾ ਇਹ ਪੱਖ ਹੈ ਕਿ ਇਹਨਾਂ ਕੋਲੋਂ ਜਿਹੜਾ ਲੋਕਾਂ ਦਾ ਇਲਾਜ ਨਹੀਂ ਕਰਵਾਉਣਾ, ਤਾਂ ਨਾਲ ਹੀ ਉੱਥੇ ਇਹ ਵੀ ਗੱਲ ਦੇਖਣ ਵਾਲੀ ਹੈ ਕਿ ਅੱਜ ਤੱਕ ਕਰਫਿਊ ਤੋਂ ਪਹਿਲਾਂ ਵੀ ਇਹੀ ਮੈਡੀਕਲ ਪ੍ਰੈਕਟੀਸ਼ਨਰ ਲੱਖਾਂ ਦੀ ਗਿਣਤੀ 'ਚ ਪੰਜਾਬ ਦੇ ਲੋਕਾਂ ਦਾ ਇਲਾਜ ਕਰ ਰਹੇ ਸੀਗੇ। ਔਰ ਨਾਲ ਹੀ ਦੂਜੇ ਪਾਸੇ ਇੱਥੇ ਇਹ ਵੀ ਦੱਸਣ ਯੋਗ ਹੈ ਕਿ ਜਿੱਥੇ ਇੱਕ ਪਾਸੇ ਜਿਹੜੇ ਵੱਡੇ ਹੋਸਪਿਟਲ ਹੈ ਜਿੱਥੇ ਉਹਨਾਂ ਨੇ ਕਰਫਿਊ ਦੇ ਦੌਰਾਨ ਪਾਸਾ ਵੱਟ ਲਿਆ ਸੀਗਾ, ਲੋਕਾਂ ਦਾ ਇਲਾਜ ਕਰਨ ਤੋਂ ਲੋਕਾਂ ਨੂੰ ਮਨ੍ਹਾ ਕਰਨ ਲੱਗ ਗਏ ਸੀਗੇ, ਉੱਥੇ ਹੀ ਮੈਂ ਇਹ ਨੋਟ ਕੀਤੀ ਗੱਲ ਕਿ ਪੰਜਾਬ ਦੇ ਵਿੱਚ ਚਾਹੇ ਹੁਣ ਕਰੋਨਾ ਦੀ ਗੱਲ ਹੋਵੇ, ਚਾਹੇ ਹੜ੍ਹਾਂ ਦੀ, ਪਹਿਲਾਂ ਹੜ੍ਹ ਆਏ ਸੀਗੇ ਉਦੋਂ ਜਿਹੜੇ ਮੈਡੀਕਲ ਪ੍ਰੈਕਟੀਸ਼ਨਰ ਸੀਗੇ ਇਹਨਾਂ ਨੇ ਆਪਣੇ ਪੱਧਰ 'ਤੇ ਘਰ ਘਰ ਜਾ ਕੇ ਆਪਣੇ ਕੋਲੋਂ ਦਵਾਈਆਂ ਵੰਡ ਕੇ ਵੀ ਲੋਕਾਂ ਦਾ ਸਾਥ ਦਿੱਤਾ। ਅਤੇ ਅੱਜ ਵੀ ਮੇਰੇ ਧਿਆਨ 'ਚ ਆਇਆ ਕਿ ਜਿਹੜੀ ਮੈਡੀਕਲ ਪ੍ਰੈਕਟੀਸ਼ਨਰ ਯੂਨੀਅਨ ਹੈ ਉਹਨਾਂ ਨੇ ਗੌਰਮੈਂਟ ਨੂੰ ਲਿਖਿਆ ਕਿ ਉਹ ਵਲੰਟੀਅਰਸ ਦੇ ਤੌਰ 'ਤੇ ਸੇਵਾ ਕਰਨ ਨੂੰ ਵੀ ਤਿਆਰ ਹੈਗੇ ਨੇ। ਸੋ ਸਰਕਾਰ ਨੂੰ ਚਾਹੀਦਾ ਕਿ ਇਹਨਾਂ ਕੋਲੋਂ ਜਿਸ ਪੱਧਰ ਦਾ ਵੀ ਕੰਮ ਇਹਨਾਂ ਦੀ ਨੌਲੇਜ ਮੁਤਾਬਕ ਸਰਕਾਰ ਲੈ ਸਕਦੀ ਹੈ, ਚਾਹੇ ਉਹ ਹੈਲਥ ਵਰਕਰ ਦਾ ਕੰਮ ਲੈ ਸਕਦੀ ਹੋਵੇ, ਚਾਹੇ ਵਲੰਟੀਅਰ ਦਾ ਕੰਮ ਲੈ ਸਕਦੀ ਹੋਵੇ, ਉਹ ਇਹਨਾਂ ਕੋਲੋਂ ਲੈਣਾ ਚਾਹੀਦਾ ਤਾਂ ਕਿ ਲੋਕਾਂ ਦਾ ਜਿਹੜੇ ਇਹਨਾਂ ਤੋਂ ਇਲਾਜ ਕਰਾਉਂਦੇ ਨੇ ਉਹ ਵੀ ਉਹਨਾਂ ਦੀ ਜ਼ਰੂਰਤ ਵੀ ਜਿਹੜੀ ਪੂਰੀ ਹੁੰਦੀ ਰਹੇ, ਕਿਉਂਕਿ ਕਰਫਿਊ ਦੇ ਦੌਰਾਨ ਲੋਕ ਸ਼ਹਿਰਾਂ ਵੱਲ ਤਾਂ ਹਸਪਤਾਲਾਂ ਵੱਲ ਜਾ ਨਹੀਂ ਸਕਦੇ, ਔਰ ਨਾ ਹੀ ਜਿਹੜੇ ਪ੍ਰਾਈਵੇਟ ਹਸਪਤਾਲ ਹੈਗੇ ਉਹ ਲੋਕਾਂ ਨੂੰ ਉਹ ਚੱਲ ਵੀ ਨਹੀਂ ਰਹੇ ਅੱਜ ਦੇ ਸਮੇਂ ਦੇ ਵਿੱਚ। ਸਰਕਾਰ ਦੀ ਘੁਰਕੀ ਤੋਂ ਬਾਅਦ ਸ਼ਾਇਦ ਥੋੜ੍ਹਾ ਜਿਹਾ ਉਹਨਾਂ ਨੇ ਸੁਧਾਰ ਜਿਹੜਾ ਉਹ ਕੀਤਾ ਹੋਵੇ। ਸੋ ਕਿਸੇ ਨਾ ਕਿਸੇ ਤਰੀਕੇ ਸਰਕਾਰ ਲੋਕਾਂ ਦੇ ਇਲਾਜ ਨੂੰ ਚੱਲਦਾ ਰੱਖਣ ਲਈ ਇੱਕ ਤਾਂ ਇਹ ਜਿਹੜੇ ਮੈਡੀਕਲ ਪ੍ਰੈਕਟੀਸ਼ਨਰ ਹੈ ਇਹਨਾਂ ਨੂੰ ਇਜਾਜ਼ਤ ਦੇਵੇ ਲੋਕਾਂ ਦਾ ਇਲਾਜ ਕਰਨ ਦੇ ਲਈ। ਨਾਲ ਹੀ ਉੱਥੇ ਮੈਂ ਇਹ ਵੀ ਗੱਲ ਕਰਨੀ ਚਾਹੁੰਦਾ ਕਿ ਜਿਵੇਂ ਸੂਬੇ ਦੇ ਵਿੱਚ ਕੇਸ ਵੱਧ ਰਹੇ ਨੇ, ਜਿਵੇਂ ਕਿਹਾ ਜਾ ਰਿਹਾ ਕਿ ਇਹ ਜਿਹੜਾ ਕੰਮ ਹੈ ਇਹ ਲੰਬਾ ਚੱਲਣ ਦੀ ਸੰਭਾਵਨਾ ਹੈ, ਸਾਡੀ ਸਰਕਾਰ ਦੇ ਕੋਲ ਇਨਫਰਾਸਟ੍ਰਕਚਰ ਹੈ ਨਹੀਂ, ਇੰਨੀਆਂ ਜ਼ਿਆਦਾ ਪੋਸਟਾਂ ਵੀ ਹੈ ਨਹੀਂ ਕਿ ਪਿੰਡ ਪੱਧਰ ਤੱਕ ਗਲੀ ਗਲੀ ਤੱਕ ਜਾ ਕੇ ਲੋਕਾਂ ਨੂੰ ਜਾਗਰੂਕ ਕਰ ਸਕੇ, ਲੋਕਾਂ ਨੂੰ ਕੋਈ ਸਹੂਲਤਾਂ ਦੇ ਸਕੇ। ਸੋ ਜੇਕਰ ਇਹਨਾਂ ਨੂੰ ਹੈਲਥ ਵਰਕਰ ਦੇ ਤੌਰ 'ਤੇ ਸਰਕਾਰ ਵਰਤਦੀ ਹੈ ਕਿਸੇ ਵੀ ਤਰੀਕੇ ਦੇ ਨਾਲ, ਇਹਨਾਂ ਦੇ ਨੌਲੇਜ ਦਾ ਟੈਸਟ ਕਰਕੇ, ਤਾਂ ਉਹ ਜਿਹੜਾ ਔਖਾ ਸਮਾਂ ਜੇ ਕੋਈ ਹੋਰ ਆਉਂਦਾ ਹੈ ਅੱਗੇ ਜਾਂ ਲੰਬਾ ਚੱਲਦਾ ਹੈ, ਉਹਦੇ ਵਿੱਚ ਵੀ ਇਹਨਾਂ ਵਲੰਟੀਅਰਸ ਦੀ, ਇਹਨਾਂ ਹੈਲਥ ਵਰਕਰਾਂ ਵਰਕਰਸ ਦੇ ਤੌਰ 'ਤੇ ਜਿਹੜੀ ਮਦਦ ਲਈ ਜਾ ਸਕਦੀ ਹੈ ਲੋਕਾਂ ਨੂੰ ਜਾਗਰੂਕ ਕਰਨ ਲਈ ਵੀ, ਲੋਕਾਂ ਨੂੰ ਦੱਸਣ ਲਈ ਵੀ ਕਿ ਕਿਵੇਂ ਇੰਸਟਰਕਸ਼ਨ ਨੂੰ ਫੋਲੋ ਕਰਨਾ, ਕਿਵੇਂ ਆਈਸੋਲੇਟ ਹੋ ਕੇ ਰਹਿਣਾ। ਇਹ ਜਿਹੜੀ ਵੱਡੀ ਗਿਣਤੀ ਦੇ ਵਿੱਚ ਸ਼ੁਰੂ ਤੋਂ ਕੰਮ ਕਰ ਰਹੇ ਮੈਡੀਕਲ ਪ੍ਰੈਕਟੀਸ਼ਨਰ ਹੈਗੇ ਹੈ, ਸਰਕਾਰ ਪੋਜ਼ੀਟਿਵ ਤਰੀਕੇ ਦੇ ਨਾਲ ਇਹਨਾਂ ਦਾ ਫਾਇਦਾ ਜਿਹੜਾ ਲੈ ਸਕਦੀ ਹੈ। ਧੰਨਵਾਦ। ਜੈ ਹਿੰਦ।